ਆ ਹੈ ਜੀ ਸਾਡਾ ਛੋਟਾ ਜਿਹਾ ਪਿੰਡ ਬੀਬੀਪੁਰ। ਇੱਥੋਂ ਦੀਆਂ ਬਹੁਤ ਕਹਾਣੀਆਂ ਮਸ਼ਹੂਰ ਨੇ। ਚਲੋ ਛੱਡੋ, ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਰਪੰਚ ਜੀ ਦੇ ਘਰ। ਅਤੇ ਆਹ ਘਰ ਹੈ ਜੀ ਸਾਡੇ ਸਰਪੰਚ ਸਾਹਿਬ ਸਰਦਾਰ ਤਰਸੇਮ ਸਿੰਘ ਜੀ ਦਾ। ਆਓ ਮਿਲਾਉਂਦੇ ਹਾਂ ਤੁਹਾਨੂੰ। ਹਾਂ ਵੈਸੇ ਰੋਲਾ ਕਿਹੜਾ ਪੈ ਰਿਹਾ ਇੱਥੇ? ਚੱਪਰ ਯਾਰ, ਕੀ ਕਾਮਾ ਰੋਲੀ ਪਾਈ ਹੈ? ਜੇ ਲੜਾਈ ਹੈ ਤਾਂ ਬਾਹਰ ਜਾ ਕੇ ਲੜੋ। ਸਰਪੰਚ ਸਾਹਿਬ, ਆ ਮੇਰਾ ਚਾਚਾ ਮੇਰੇ ਬਾਪੂ ਵਾਲੀਆਂ ਚਾਰ ਮੱਝਾਂ ਤੇ ਦੋ ਮੱਝਾਂ ਮੰਗਦਾ। ਉਹ ਸਾਡਾ ਤਾਂ ਚਾਰ ਨਾਲ ਮਸਾ ਗੁਜ਼ਾਰਾ ਹੁੰਦਾ। ਜੇ ਦੋ ਇਹਨੂੰ ਦੇਤੀਆਂ ਉਹ ਅਸੀਂ ਤਾਂ ਰੋਟੀ ਖੁਣੋ ਵੀ ਗਏ ਨਾ। ਹੁਣ ਤੁਸੀਂ ਕਰੋ ਫੈਸਲਾ। ਸਰਪੰਚ ਸਾਹਿਬ, ਮੇਰਾ ਇਹ ਸਾਰਾ ਟੱਬਰ ਹੁਣ ਮੇਰੇ ਖਿਲਾਫ਼ ਹੋ ਗਿਆ ਹੈ। ਮੇਰੀ ਘਰਵਾਲੀ ਦੇ ਟੁਰ ਜਾਣ ਤੋਂ ਮਗਰੋਂ ਮੇਰੇ ਨਾਲ ਸ਼ਰੀਕੇਬਾਜ਼ੀ ਵਿਖਾਉਣ ਲੱਗ ਪਏ ਨੇ। ਹੈਂ? ਭਰਜਾਈ ਕਿਉਂ ਤੁਰ ਗਈ? ਮੈਨੂੰ ਕਿਵੇਂ ਨਹੀਂ ਪਤਾ ਲੱਗਾ? ਉਹ ਨਾ ਨਾ, ਰੱਬ ਕੋਲ ਨਹੀਂ ਟੁਰ ਗਈ, ਪੇਕੇ ਟੁਰ ਗਈ ਇਹਨਾਂ ਤੋਂ ਤੰਗ ਹੋ ਕੇ। ਨਾਲੇ ਸਰਪੰਚ ਸਾਹਿਬ, ਮੈਂ ਇਸ ਉਮਰੇ ਰੋਟੀ ਕਿੱਥੋਂ ਖਾਵਾਂ? ਨਾਲੇ ਘਰ ਵਾਲੀ ਵੀ ਹੁਣ ਤਾਂ ਹੀ ਵਾਪਸ ਆਊ ਜੇ ਮੈਂ ਇਹਨਾਂ ਕੋਲੋਂ ਆਪਣਾ ਹੱਕ ਮੰਗਾਂ। ਮੈਂ ਆਪਣੇ ਹੱਕ ਦੀਆਂ ਦੋ ਮੱਝਾਂ ਹੀ ਤਾਂ ਮੰਗ ਰਿਹਾ। ਗੱਲ ਤਾਂ ਤੇਰੀ ਸਹੀ ਹੈ, ਬੰਦਾ ਰੋਟੀ ਪਿੱਛੇ ਤਾਂ ਉਮਰ ਹੰਢਾਉਂਦਾ। ਪਰ ਸਰਪੰਚ ਸਾਹਿਬ, ਨਾ ਚੁੱਪ, ਵੱਡਿਆਂ 'ਚ ਨਹੀਂ ਬੋਲੀਦਾ। ਤੁਹਾਡਾ ਵੱਡਾ ਚਾਚਾ ਹੈ, ਤੁਸੀਂ ਨਾ ਕਰੋਗੇ ਤਾਂ ਉਹਨੇ ਤਾਂ ਆਪਣਾ ਹੱਕ ਮੰਗਣਾ ਹੀ ਹੈ। ਐਂ ਕਰੋ, ਤੁਸੀਂ ਚਾਰ ਮੱਝਾਂ 'ਚੋਂ ਦੋ ਮੱਝਾਂ ਨੂੰ ਦੇ ਦਿਓ। ਹੋ ਗਿਆ ਫੈਸਲਾ? ਮੈਂ ਨਹੀਂ ਮੰਨਦਾ ਇਸ ਫੈਸਲੇ ਨੂੰ। ਆਹ ਬਹੁਤ ਗਲਤ ਕਰ ਰਹੇ ਤੂੰ ਸਾਡੇ ਨਾਲ ਸਰਪੰਚਾ। ਸੰਭਾਲ ਕੇ ਬੋਲੋ। ਅੱਛਾ, ਤੁਸੀਂ ਸਾਡੇ ਨਾਲ ਮਾੜੀ ਕਰੋ ਤੇ ਅਸੀਂ ਤੂੰ ਤੂੰ ਵੀ ਨਾ ਕਰੀਏ। ਇਹ ਸਾਡਾ ਹੱਕ ਹੈ ਹੱਕ। ਨਾਲੇ ਸਰਪੰਚਾ, ਇਹ ਨਾ ਭੁੱਲੀ ਅਸੀਂ ਤੈਨੂੰ ਸਰਪੰਚ ਬਣਾਇਆ। ਤੂੰ ਕੱਲੇ ਨੇ ਨਹੀਂ ਬਣਾਇਆ ਹੈ, ਨਾਲੇ ਤੇਰਾ ਟੱਬਰ ਤਾਂ ਪਹਿਲਾਂ ਹੀ ਮੇਰੇ ਖਿਲਾਫ ਸੀ। ਹੈ ਤੁਰਦਾ ਲੱਗ। ਹੋ ਗਿਆ ਫੈਸਲਾ? ਉਹ ਐਡੀ ਜਲਦੀ ਨਹੀਂ ਹੁੰਦੇ ਫੈਸਲੇ। ਉਹ ਦੇਖ ਲਾਂਗੇ ਸਰਪੰਚਾ ਤੈਨੂੰ ਵੀ। ਆਹੋ ਆਹੋ, ਦੇਖ ਲਾਂਗੇ ਬਾਹਰ ਇਹਨੂੰ। ਪੱਕਾ ਘਬਰਾ ਗਏ ਹੋਵੋਗੇ। ਉਹ ਘਬਰਾਉਣ ਦੀ ਲੋੜ ਨਹੀਂ ਜੀ, ਇਹ ਤਾਂ ਇੱਥੋਂ ਦੀ ਰੋਜ਼ ਦੀ ਕਹਾਣੀ ਹੈ। ਚਲੋ ਛੱਡੋ, ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਦੀ ਸੱਥ ਵੱਲ। ਇਹ ਆਕਾਸ਼ਵਾਣੀ ਹੈ ਤੇ ਹੁਣ ਸਮਾਂ ਹੋ ਚੱਲਿਆ ਹੈ ਪੰਜਾਬ ਦੀਆਂ ਮੁੱਖ ਖਬਰਾਂ ਦਾ। ਮੁੱਖ ਮੰਤਰੀ ਵੱਲੋਂ ਪੰਜਾਬ ਦੇ ਇਕੱਲੇ ਇਕੱਲੇ ਪਿੰਡ ਵਿੱਚ ਹਸਪਤਾਲ ਬਣਾਉਣ ਤੇ ਸਿਹਤ ਸੰਬੰਧੀ ਹੋਰ ਸੇਵਾਵਾਂ ਦੇਣ ਦਾ ਕੀਤਾ ਗਿਆ ਐਲਾਨ। ਆਹੋ ਇਹ ਨਾ ਗੱਲ, ਸਰਕਾਰ ਆਪਣੀ ਹੋ ਗਈ ਕਿ ਨਹੀਂ? ਆਹੋ, ਤੇਰਾ ਭਾਂਜਾ ਸਰਕਾਰ ਪਿੱਛੇ ਪੂਛਲ ਜੋ ਚੁੱਕੀ ਫਿਰਦਾ, ਆਪੇ ਸਰਕਾਰ ਤੁਹਾਡੀ ਹੋਈ। ਆ ਨਾਲੇ ਲਾ ਨਹੀਂ ਹੋਇਆ, ਸੁਧਾਰ ਤਾਂ ਨਹੀਂ, ਨਾਲੇ ਤੁਸੀਂ ਗੱਲ ਭੁੰਜੇ ਥੋੜੀ ਪੈ ਦੇਣੀ ਆ। ਤਿੰਨ ਵਰਿਆਂ ਤੋਂ ਐਲਾਨ ਤੇ ਐਲਾਨ ਤਾਂ ਹੋ ਰਿਹਾ, ਕੰਮ ਦੇ ਟਾਈਮ ਇਹਨਾਂ ਦੀਆਂ ਰੈਲੀਆਂ ਸ਼ੁਰੂ ਹੋ ਜਾਂਦੀਆਂ। ਬਿਜਲੀ ਸਮੱਸਿਆ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਪੰਜਾਬ 'ਚ ਪਾਣੀ ਦੀ ਕਮੀ ਕਾਰਨ ਪੰਜਾਬ ਵਾਸੀਆਂ ਮੁੱਖ ਤੌਰ ਤੇ ਪਿੰਡਾਂ ਵਾਸੀਆਂ ਨੂੰ ਬਿਜਲੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਭਲਿਓ ਮਾਨਸੋ, ਉਹ ਇਹਨਾਂ ਸਰਕਾਰਾਂ ਕੋਲ ਪਾਣੀ ਤਾਂ ਹੈ ਪਰ ਦੇਣ ਵਾਸਤੇ ਨੀਤ ਨਹੀਂ। ਤੁਸੀਂ ਵੀ ਤਾਂ ਹਮ ਇੱਦਾਂ ਭਰਨ ਡੇ ਜਿੱਦਾਂ ਤੁਹਾਨੂੰ ਭਰ ਰਹੇ ਕੱਖ ਨਹੀਂ। ਆ ਤਾਂ ਚੁੱਪ ਕਰ, ਸਾਫ ਤਾਂ ਸਾਰਾ ਦਿਨ ਅਮਲ ਘੁੱਟਦਾ ਰਹਿਣਾ, ਸਾਨੂੰ ਮਤਾਂ ਦਿੰਦਾ। ਗੱਲ ਤਾਂ ਸਹੀ ਆ, ਪਾਣੀ ਦੀ ਕਮੀ ਤਾਂ ਜ਼ਰੂਰ ਆ। ਆ ਸਵੇਰ ਦੀ ਗੱਲ ਸੁਣ ਲਓ, ਆ ਮੈਂ ਹਲਕਾ ਹੋਣ ਬਿਸ਼ਨੇ ਦੇ ਖੇਤਾਂ ਵੱਲ ਗਿਆ, ਆ ਰਾਹ 'ਚ ਹੀ ਭਾਂਡਾ ਪੱਤ ਗਿਆ ਤੇ ਭਾਣਾ ਵਰਤ ਗਿਆ। ਤੇਰਾ ਬੇੜਾ ਹੀ ਗਰਕ ਗਿਆ। ਉਹ ਫੇਰ ਸੌਖਾ ਹੋਇਆ ਕਿ ਨਹੀਂ? ਆ ਸੌਖਾ ਤਾਂ ਹੋ ਗਿਆ ਸਾਂ, ਪਾਣੀ ਤਾਂ ਰੇਤ ਵਰਤ ਲਈ ਸੀ। ਖਬਰਾਂ ਦਾ ਸਿਲਸਿਲਾ ਸਮਾਪਤ ਕਰਨ ਦਾ ਵੇਲਾ ਆ ਗਿਆ ਹੈ ਤੇ ਚਾਤ ਪਾਉਂਦੇ ਹਾਂ ਮੁੱਖ ਖੇਡ ਖਬਰ ਤੇ। ਤੁਹਾਨੂੰ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋ ਰਹੀ ਹਾਕੀ ਦੇ ਮੈਚ ਦਾ ਸਿੱਧਾ ਪ੍ਰਸਾਰਣ ਸ਼ਾਮ ਨੂੰ 7 ਵਜੇ ਦੂਰਦਰਸ਼ਨ ਤੇ ਦਿਖਾਇਆ ਜਾਵੇਗਾ। ਤੇ ਹੁਣ ਅਸ਼ਵਨੀ ਕੁਮਾਰ ਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ ਜੀ, ਧੰਨਵਾਦ। ਓ ਮੈਂ ਕਿਹਾ ਕਿੱਥੇ ਵਗ ਚੱਲਿਆ? ਓ ਹੌਲਾ ਤਾਂ ਨਹੀਂ ਹੁਣ ਚੱਲਿਆ? ਉਹ ਭਲਿਓ ਮਾਨਸੋ, ਉਹ ਲੱਗਦਾ ਤੁਸੀਂ ਖਬਰ ਸੁਣੀ ਨਹੀਂ, ਭਾਰਤ ਤੇ ਪਾਕਿਸਤਾਨ ਦਾ ਮੈਚ ਹੋਣਾ ਸ਼ਾਮ ਨੂੰ ਸਰਪੰਚ ਵਾਲੇ ਨਵੇਂ ਟੀਵੀ ਤੇ। ਮੈਂ ਚੱਲਿਆ ਸਰਪੰਚ ਨੂੰ ਦੱਸਣ। ਮੇਰਾ ਖਿਆਲ ਆ ਤੁਸੀਂ ਸਾਡੇ ਆਉਣਾ ਹੋਣਾ। ਜੀ ਮਾਣੋ ਰਾਣੀ, ਸਰਪੰਚ ਦੀ ਘਰ ਵਾਲੀ ਇਹ ਯੰਤਰਾਂ ਦੇ ਨਾਲ ਨਾਲ ਸਰਪੰਚ ਨੂੰ ਵੀ ਸਿਰ ਪੀੜ ਮੰਨਦੀ ਆ। ਬਾਹਰ ਸੁੱਟੋ। ਉਹ ਕਿੰਨੂ? ਆ ਜਿਹੜੀ ਜੀਨਸ ਲਿਆਂਦੀ ਸ਼ਹਿਰੋਂ, ਆ ਇਤਰਾ ਹੀ ਕੱਟ ਸੁੱਟੇ ਮੇਰਾ। ਉਹ ਕੀ ਹੋਇਆ ਪਰਜਾਈ, ਠੀਕ ਆ? ਮੈਂ ਮਰ ਗਈ ਤੇਰੀ ਪਰਜਾਈ।
ਕੀ ਹੋਇਆ, ਕਿੱਧਰ ਮੂੰਹ ਚੱਕਿਆ? ਮੈਂ ਕਿਤੇ ਸਿਆਣੇ ਨੂੰ ਬਾਜ ਮਾਰੀ ਸੀ। ਵੇ ਮੰਗਲਾ, ਤੂੰ ਕਿਵੇਂ ਆਇਆ? ਬਸ ਰੱਬ ਆਸਰੀ ਆ ਭਰਜਾਈ, ਮੈਂ ਕਿਤੇ ਸਿਆਣੇ ਨੂੰ ਟੋਲਦਾ ਪਿਆ ਸੀ, ਉਹ ਤੂੰ ਨਿਕਲਿਆ ਸੀ ਭਰਜਾਈ। ਜਾ ਵੇ, ਤੂੰ ਟੀਚਰਾ ਕਰਨਾ ਨਾ ਹਟੀ, ਮੋਇਆ ਮਰ ਜਾਣਾ ਨਾ ਹੋਵੇ ਤਾਂ। ਤੂੰ ਇਹ ਦੱਸ ਕਰਨ ਕੀ ਆਇਆ? ਮੈਂ ਇੱਕ ਚੰਗੀ ਖਬਰ ਲੈ ਕੇ ਆਇਆ। ਭਾਈਆ ਕਿਧਰੇ ਬੂਟੀਆਂ ਸੁੰਘਣੀਆਂ ਤੇ ਨਹੀਂ ਛੱਡਣ ਲੱਗਾ? ਬੜਾ ਮਜ਼ਾਕੀਆ ਬਈ ਤੂੰ। ਅੱਜ ਭਾਰਤ ਤੇ ਪਾਕਿਸਤਾਨ ਦਾ ਮੈਚ ਆਉਣਾ, ਤੁਹਾਡੇ ਆਲੇ ਟੀਵੀ ਤੇ ਦੇਖਾਂਗੇ, ਨਾਲੇ ਸਾਰੇ ਪਿੰਡ ਨੂੰ ਸੱਦਾ ਦੇ ਆਉਨੇ ਆ, ਨਾਲੇ ਉਹ ਵੀ ਦੇਖ ਲੈਣਗੇ। ਖਬਰ ਤਾਂ ਤੂੰ ਚੰਗੀ ਲੈ ਕੇ ਆਇਆ, ਪਰ ਖਬਰਦਾਰ ਜੇ ਮੇਰੇ ਟੀਵੀ ਵੱਲ ਝਾਕ ਕੇ ਵੇਖਿਆ ਵੀ। ਓ ਬਾਪੂ ਜੀ, ਨਾ ਨਾ ਕਰੋ, ਇਹੀ ਮੌਕਾ ਪਿੰਡ ਵਾਲਿਆਂ ਦਾ ਦਿਲ ਜਿੱਤਣ ਦਾ। ਅੱਗੇ ਅੱਧਾ ਪਿੰਡ ਆਪਣੇ ਖਿਲਾਫ ਆ, ਬਾਕੀ ਦਾ ਵੀ ਲੱਗਦਾ ਜਾਣਾ। ਹਾਂ ਗੱਲ ਤਾਂ ਤੇਰੀ ਸਹੀ ਹੈ। ਜਾ ਮੰਗਲਾ, ਕਹਿ ਦੇ ਸਾਰੇ ਪਿੰਡ ਵਾਲਿਆਂ ਨੂੰ ਅੱਜ ਸ਼ਾਮ ਨੂੰ ਪਾਕਿਸਤਾਨ ਤੇ ਭਾਰਤ ਦਾ ਹਾਕੀ ਦਾ ਮੈਚ ਸਰਪੰਚ ਦੇ ਵਿਹੜੇ ਦੇਖਿਆ ਜਾਊਗਾ। ਗੱਲ ਤਾਂ ਤੁਹਾਡੀ ਸਹੀ ਆਵੇ, ਨਾਲੇ ਇਸੇ ਖੂਜ ਚ ਇੱਕ ਬੂਟੀ ਹੋਰ ਰਗੜ ਕੇ ਪੀ ਲੈ ਨੇ। ਜਾ ਓਏ, ਓ ਜਾ ਮੁੰਡਿਓ, ਲਾਓ ਵਿਹੜੇ ਚ ਟੀਵੀ। ਓ ਬਾਪੂ ਜੀ, ਸਾਨੂੰ ਕਿਹੜਾ ਸੈੱਟ ਕਰਨਾ ਆਉਂਦਾ, ਆ ਬੀਰੀ ਨਹੀਂ ਕਰਨਾ ਆਉਂਦਾ। ਕਿੱਥੇ ਆ ਬੀਰੀ? ਬੀਰੀ, ਓ ਬੀਰੀ, ਓ ਕਿੱਥੇ ਮਰ ਗਏ? ਬਸ ਬਸ, ਦੋ ਤਿੰਨ ਹੋਰ, ਦੋ ਤਿੰਨ ਹੋਰ। ਉਹ ਬਸ ਆ ਜਾ ਹੁਣ ਛੇਤੀ ਥੱਲੇ। ਛੱਡ ਯਾਰ ਵੀਰੀ, ਬਹੁਤ ਆ, ਚਾਚੀ ਆ ਗਈ ਨਾ, ਸਭ ਇੱਥੇ ਸੁੱਟ ਕੇ ਨੱਸਣਾ ਪੈਣਾ। ਉਹ ਸਾਹ ਖਾ ਕੁਝ ਨਹੀਂ ਹੁੰਦਾ, ਚਾਚੀ ਆ ਡੈਨ ਥੋੜੀ ਜਿਹੜੀ ਚਿੰਬੜ ਜੂ, ਕੁਛ ਨਹੀਂ ਹੁੰਦਾ। ਸੁੱਖ ਨਾਲ ਬੀਰੀ ਨਾ ਹੀ ਬਹੁਤ ਆ। ਠਹਿਰ ਜਾ ਤੂੰ, ਖੜਾ ਆ, ਅਮਰੂਦ ਫੜੀ ਜਾ। ਕੌਣ ਹੈ? ਥੱਲੇ ਉਤਰ, ਥੱਲੇ ਉਤਰ। ਮੈਂ ਕਿਹਾ ਕੌਣ? ਕਸਮ ਖਣ, ਥੱਲੇ ਥੱਲੇ ਉਤਰ ਦਾ। ਵੈਸੇ ਤੁਸੀਂ ਇਸ ਨੂੰ ਤਾਂ ਪਹਿਚਾਣ ਹੀ ਲਿਆ ਹੁਣ, ਤੇ ਜਿਹਨੇ ਨਹੀਂ ਪਹਿਚਾਣਿਆ ਉਹਨੂੰ ਮੈਂ ਦੱਸ ਦਿੰਦਾ, ਇਹ ਹੈ ਜੀ ਸਰਪੰਚ ਦਾ ਸਭ ਤੋਂ ਛੋਟਾ ਮੁੰਡਾ ਬੀਰੀ। ਵੈਸੇ ਕਹਿਣ ਨੂੰ ਤਾਂ ਇਸ ਕਹਾਣੀ ਦਾ ਮੁੱਖ ਕਿਰਦਾਰ ਹੈ, ਪਰ ਇਸ ਦਾ ਮੁੱਖ ਸਾਰੇ ਪਿੰਡ ਤੋਂ ਹੀ ਨਹੀਂ ਚੱਲਿਆ ਜਾਂਦਾ। ਓ ਬੀਰੀ ਤੂੰ, ਓ ਚਾਚੀ, ਚਾਚੀ ਕਾਲ, ਚਾਚੀ ਸਤਿ ਸ੍ਰੀ ਅਕਾਲ ਚਾਚੀ। ਕੰਜਰਾ ਤੋੜ ਲੈ ਚਾਚੀ, ਇੱਕੋ ਹੀ ਤੋੜਿਆ ਚਾਚੀ। ਆਇਓ ਚਾਚੀ, ਓਏ ਚਾਚੀ, ਓਏ ਚਾਚੀ, ਓ ਬੜੀ ਵਈਦੀ, ਓ ਚਾਚੀ ਮੈਨੂੰ ਘਬਰਾਟ ਹੁੰਦੀ ਆ ਚਾਚੀ, ਓ ਚਾਚੀ ਚਾਚੀ। ਬੀਰੀ, ਓ ਬੀਰੀ, ਓ ਬੀਰੀ, ਓਏ ਆਇਓ ਮੇਰੇ ਰੱਬਾ, ਓ ਯਾ ਕੀ ਹੋ ਗਿਆ? ਓ ਬੀਰੀ, ਓਏ ਲੈ ਜਾ ਸਾਰੇ ਅਮਰੂਦ, ਮੈਂ ਕਿਹੜੇ ਹਿੱਕ ਤੇ ਧਰ ਕੇ ਲੈ ਜਾਣੀ ਹੈ। ਠੀਕ ਹੈ ਚਾਚੀ, ਲੈ ਜਾਣਾ। ਕਿੱਦਾਂ ਮਾਰਾ ਡਟਿਓ ਕੰਮ ਕਰਤੇ? ਸ਼ਾਮ ਨੂੰ ਆ ਜਾ ਸਰਪੰਚਾਂ ਦੇ ਘਰੇ, ਹਾਕੀ ਦਾ ਮੈਚ ਲੱਗਣਾ ਟੀਵੀ ਤੇ, ਆ ਜਾ ਆ ਜੇ। ਓ ਚਾਚਾ ਕਿਵੇਂ ਆ? ਉਵੇਂ ਆ, ਚਾਚੇ ਨੂੰ ਕਿਹੜਾ ਖਈਆ ਨਾ ਲੱਭਣਾ। ਤੂੰ ਸੁਣਾ ਬਾਪੂ ਕਿਵੇਂ ਆ ਤੇਰਾ? ਮੈਂ ਸੁਣਿਆ ਵੜਕਣ ਆਈ ਆ। ਓ ਚਾਚਾ ਸ਼ਰਮ ਖਾ, ਇਹੋ ਜਿਹੀ ਗੱਲਾਂ ਚੰਗੀਆਂ ਲੱਗਦੀਆਂ, ਔਰ ਰੱਬ ਤੋਂ ਡਰ ਨਾ। ਇਹ ਤਾਂ ਹੈ, ਇੱਕ ਜ਼ਰੂਰੀ ਸੂਚਨਾ ਸੁਣ, ਸ਼ਾਮ ਨੂੰ ਆ ਜਾਈ ਸਰਪੰਚਾਂ ਦੇ, 6 ਵਜੇ ਭਾਰਤ ਪਾਕਿਸਤਾਨ ਦਾ ਮੈਚ ਲੱਗਣਾ ਹਾਕੀ ਦਾ ਟੀਵੀ 'ਚ। ਓ ਚਾਚਾ ਮੇਰਾ ਬਾਪੂ ਮਰਨ ਕੰਢੇ ਪਿਆ, ਤੂੰ ਮੈਨੂੰ ਮੈਚ ਵੇਖਣ ਨੂੰ ਕਹਿ ਰਿਹਾ? ਵੇਖਣਾ ਕੋਈ ਚਾਚੇ ਨੇ ਦੱਸਿਆ ਨਹੀਂ। ਓ ਦਫਾ ਹੋ। ਓ ਭਤੀਜ ਕਿਵੇਂ ਆ? ਓ ਵਧੀਆ ਚਾਚਾ, ਤੂੰ ਸੁਣਾ? ਓ ਮੈਂ ਠੀਕ ਠਾਕ ਵਾਂ, ਘਰੇ ਪਹੁੰਚੋ ਘਰੇ, ਕੰਮ ਕਾਰ ਬੜੇ ਪਏ ਆ ਕਰਨ ਵਾਲੇ। ਓ ਛੱਡ ਚਾਚਾ, ਤੂੰ ਅਮਰੂਦ ਖਾ, ਬੋਂਦ ਲਿਆ ਪਿਆ ਲੱਗਦਾ। ਨਾ ਸਾਡਾ ਇਹਦੇ ਨਾਲ ਕਾਹਦਾ ਸੰਜੋਗ, ਚੱਲ ਇਸੇ ਖੁਸ਼ ਚ ਇਹ ਵੀ ਖਾ ਲੈਂਦੇ ਆ। ਉਹ ਆ ਟੀਵੀ ਕਾ ਤੋਂ ਰੱਖਿਆ ਵਿਹੜੇ ਚ? ਵੜੇ ਆਓ, ਵੜੇ ਆਓ। ਉਹ ਕਿੱਥੇ ਸੀ ਉਹਨਾਂ ਲੈਕਾ? ਪਿੰਡ ਚ ਹੀ ਬਾਪੂ ਜੀ, ਮੈਂ ਕਿੱਥੇ ਜਾਣਾ? ਕਿਤੇ ਗੂੰ ਹੀ ਖਾਂਦਾ ਹੋਣਾ। ਗੂੰ ਨੀ ਬਾਪੂ, ਅਮਰੂਦ ਖਾਂਦਾ ਜੀ। ਵੀਰੀ ਆ ਗਿਆ? ਨਾ ਹਾਲੇ ਰਾਹ ਚ ਹੀ ਆ, ਦੀਦਾ ਨੀ। ਆ ਵੇਲੋ ਕਿੱਦਾਂ ਗੱਲ ਕਰਦਾ ਜੇ, ਕਹਿੰਦੇ ਟੀਵੀ ਠੀਕ ਕਰ ਜਾ ਕੇ। ਕਿਉਂ, ਟੀਵੀ ਕਿਉਂ ਠੀਕ ਕਰਾਂ? ਮੈਂ ਕਹਿਣ ਡਿਆ ਨਾ, ਕਿਹਦੇ ਬਾਪੂ ਦਾ ਰਾਜ ਹੈ? ਮੈਂ ਕੰਨ ਤੇ ਚਪੇੜ ਮਾਰਨੀ ਹੈ, ਜਾ ਕੇ ਐਂਟਨਾ ਠੀਕ ਕਰ। ਭਾਈ ਸਾਹਿਬ ਐਂਟਨਾ ਨੀ, ਐਂਟੀਨਾ ਹੁੰਦਾ। ਉਹ ਹੋਇਆ ਨਾ ਕੁਝ, ਤੈਨੂੰ ਕਿਹਾ ਨਾ ਠੀਕ ਕਰਕੇ ਆ। ਜਾ ਛੇਤੀ ਜਾ, ਕਰ ਦੇਣਾ, ਇੰਨੀ ਇੱਜ਼ਤ ਨਾ ਦਿਆ ਕਰੋ। ਜੁੱਤੀ ਮਾਰਨੀ ਲਾ ਕੇ ਤੇਰੇ, ਹਰ ਵੇਲੇ ਜੁੱਤੀ ਮਾਰਨੀ, ਜੁੱਤੀ ਮਾਰਨੀ, ਕੋਈ ਗੱਲ ਹੁੰਦੀ ਹੈ, ਜੁੱਤੀ ਮਾਰਨੀ ਆ। ਉਹ ਹੈਲੋ, ਉਹ ਖੜ ਜਾਓ ਉੱਥੇ ਸਾਰੇ,
बापू जी सारा पिंड ही इधर तुरिया आन दिया जे नाले चाची गल दस ताडे मरूद की तोड़ ले तू तो सारा पिंड ही लै शिकायत लाने कोई गल हुंदी है ओए तू लक्ष्मी दे घर चोरी अमरूद ही तोड़ने शुरू करते अज दे किन्नी देर हो गई किन्ने महीने हो गए नाले तानू भी तो किन्नी बारी खवाए नाले बहुत आराम होने की लोड़ नहीं है आ वेख नहीं रहे सारा पिंड लाई है शिकायत लाने ओ नाना भीरी अज तो ताडे घर टीवी ते मैच देखने आए हैं चल चल जाके अटना सेट कर उपर परा बापू जेड़े बाहर लोग खड़े इन्हां दा करना ओ मैं आप बुलाया है ओ ठीक है ओ आरो आरो लंगयो कोई नहीं सरपंच ने आप ही बुलाया ओ आ गया के नहीं ओ आ गया ओ कौन रह गया गेट लाइए फिर ओ बापू जी टीवी दी गल करन दिया आ गया ये लाइनअप आ गया है प्रधान सोमन्ना मंदीप पंटिल कप्तान है भारत की लाइनअप है अजय यादव गुरबाज सिंह गगनदीप ओ चाचा इनू बंद कर ला कुत्तिया तरह भौंकी जांदा तू अपना काम कर ओ गल सुन या ते इनू बंद कर ला ते या चुक के ओ बाहर बूझ जाके बह जा ठीक है भाई तू इदा ही कहना मैं अपने हमसाए नु छड़ थोड़ी देना बापू जी मैं कुछ नहीं किया जे लोड़ पई तो उपर इन फड़के बैठा रही थले आन दी लोड़ नहीं और ठीक है धीमी गति के साथ ऊपर आएंगे अजितेश रॉय एक बार फिर पीछे धीमी गति के साथ भारतीय खिलाड़ियों के पास गेंद तेज तर्रार हिट और गेंद उठी खतरनाक ढंग से माना जाएगा क्योंकि पाकिस्तानी खिलाड़ी के सीने पर लगी और अभी भी बिरी ओ बिरी हाय ओए रब्बा हुन की हो गया ओ पतंदरो बत्ती चल गई आ बिरी की करे सरपंच हाय और मेरा की कसूर है बिजली सरकार दिंदी है आजूगी बजे चुप करके मौका है पाकिस्तान को दो तीन खिलाड़ी पहुंचे गेंद गए और इस तरह से पाकिस्तान ये है पाकिस्तान चाचा सियाणियां दी गल्लां दा गुस्सा नहीं करीदा नाले बंदा ही ते बंदे ते काम हुंदा आवाज ते वधा मैच दी वधा 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 हां चक चक ठीक है हां सारे मुकाबले की मिट्टी पलीत करती चलो अपने अपने घर कंजर दे पुत नू बाहर सची छोड़ दी अंदर रख चलो उठ दफाओ जाने भाई नाले बंदिया नाल बंदिया वर्गा सलूक करया करो नहीं तो बंदे दी बुकत नहीं पैंदी तू बंदा ना मैं का खाना ओ पलियो मानसो इना जंतरा टीविया पिछे अपना दिमाग ना खराब करया करो ए बंदे ते जानवर दा अंतर भुला देंदियां ओ तू किथे चला आके रोटी खा ला जे बत्ती चल गई ना फिर नेरे च लभदा फिरेगा बोटियां ओ आ जाना ओ आ जा इधर मैनू अपनी गलती दा एहसास हो गया आ तू अज मेरे नाल बैठ के रोटी खा